ਨਾਨਕ ਸਿੰਘ ਦੀ ਕਹਾਣੀ ਲੰਮਾ ਪੈਂਡਾ ਲੋਕੀ ਕਹਿੰਦੇ ਨੇ ਕਚਹਿਰੀ ਦੇ ਮੁਲਾਜ਼ਮਾਂ ਦਾ ਜੀਵਨ ਨਿਹਰਾ ਗੁਲਾਮੀ ਦਾ ਨਮੂਨਾ ਹੁੰਦਾ ਹੈ ਸਲਾਮ ਲਈ ਹਰ ਵੇਲੇ ਹੱਥ ਮੱਥੇ ਤੇ ਹੀ ਰਹਿੰਦਾ ਹੈ ਇਹ ਖਿਆਲ ਲੋਕਾਂ ਦਾ ਗਲਤ ਨਹੀਂ ਪਰ ਮੈਂ ਕਹਿੰਦਾ ਜਿਸ ਮੁਲਾਜ਼ਮ ਉੱਤੇ ਅਫਸਰ ਮਿਹਰ ਦੀ ਨਜ਼ਰ ਰੱਖਦਾ ਹੋਵੇ ਉਸ ਨਾਲ ਦਾ ਸੁਖੇ ਸਾਰੇ ਜਹਾਨ 'ਚ ਕੋਈ ਨਹੀਂ ਜਿਵੇਂ ਜੀ ਕਰੇ ਚੰਮ ਦੇ ਦੰਮ ਪਿਆ ਚਲਾਵੇ ਕਿਸੇ ਦੀ ਮਜ਼ਾਲ ਨਹੀਂ ਜੋ ਉਸ ਵਲ ਕੈਰੀ ਅੱਖ ਤੱਕ ਜਾਵੇ ਫਿਰ ਮਾਲ ਅਫਸਰ ਵਰਗੇ ਹਾਕਮ ਦੀ ਅੜਦਲੀ ਜਿਹਦੀ ਮੁੱਠ ਵਿੱਚ ਸੈਂਕੜੇ ਲੋਕਾਂ ਦੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਹੁੰਦੀ ਹੈ ਅੱਜ ਸਾਰੇ ਦਿਨ ਦਾ ਥੱਕਾ ਟੁੱਟਾ ਮੈਂ ਆਪਣੀ ਕੋਠੜੀ ਚ ਪੁੱਜਾ ਮੇਰਾ ਸਾਹ ਹਰ ਦੂਜੇ ਤੀਜੇ ਮਹੀਨੇ ਆਪਣੇ ਪਿਓ ਨੂੰ ਮਿਲਣੇ ਇਸ ਪਿੰਡ ਚ ਆਇਆ ਕਰਦਾ ਸੀ ਅੱਜ ਵੀ ਉਸ ਵੇਰ ਦੀ ਗੱਡੀ ਉਤਰਿਆ ਮੇਰੀ ਸਾਰੀ ਦਿਹਾੜੀ ਇਸ ਬਾਬ ਚੁਕਾਨ ਰਖਾਣ ਤੇ ਨੱਠਣ ਭਜਨ ਸੀ ਬੀਤੀ ਪਿੰਡ ਦੇ ਲੋਕੀ ਅੱਜ ਸਾਰਾ ਦਿਨ ਤਰ੍ਹਾਂ-ਤਰ੍ਹਾਂ ਦੀਆਂ ਨਜ਼ਰਾਂ ਨਿਆਜ਼ਾਂ ਲੈ ਲੈ ਕੇ ਮਾਲ ਅਫਸਰ ਸਾਹਿਬ ਦੀ ਸਲਾਮੀ ਲਈ ਆਉਂਦੇ ਰਹੇ ਤੇ ਦੋਹਾਂ ਪਿਓ ਪੁੱਤਰਾਂ ਨੂੰ ਨਿਉ-ਨਿਉ ਕੇ ਸਲਾਮਾ ਕਰਦੇ ਰਹੇ ਪਰ ਮੇਰੀ ਤਲੀ ਤੇ ਕਿਸੇ ਨੇ ਇੱਕ ਪੈਸਾ ਵੀ ਨਾ ਧਰਿਆ ਧਰਦੇ ਵੀ ਕਿਉਂ ਇਹ ਮੁਕਦਮੇਦਾਰ ਥੋੜੇ ਹੀ ਸਨ ਕਚਹਿਰੀ ਲੱਗੀ ਹੋਈ ਹੁੰਦੀ ਤਾਂ ਮੈਂ ਵੀ 10-15 ਰੁਪਏ ਨੂੰ ਹੱਥ ਫੇਰ ਹੀ ਲੈਂਦਾ ਹਾਂ ਖਾਣ ਪੀਣ ਦੀ ਜਿੰਨੇ ਦਿਨ ਇਸ ਪਿੰਡ ਰਹੀਏ ਚੰਗੀ ਬਹਾਰ ਬਣੀ ਰਹਿੰਦੀ ਹੈ ਅੱਜ ਦੇ ਪੁਲਾਵਾਂ ਤੇ ਕੁੱਕੜਾਂ ਦੀ ਰੌਲ ਪਈ ਹੋਈ ਰਹੀ ਪਿੰਡ ਦੇ ਝੋਰਾ ਬ੍ਰਾਹਮਣਾਂ ਨੂੰ ਤਾਂ ਸਾਡੀ ਰਸੋਈ ਹੱਥੋਂ ਸਿਰ ਖੁਰਕਣ ਦੀ ਵੇਲ ਨਹੀਂ ਲੱਗੀ ਲੰਮਾ ਕੋਟ ਤੇ ਚਪੜਾ ਸਲਾ ਕੇ ਮੈਂ ਕਿੱਲੀ ਤੇ ਟੰਗੀ ਤੇ ਮੰਝੇ ਉੱਤੇ ਦਰੀ ਵਿਛਾ ਕੇ ਲੰਮਾ ਪੈ ਗਿਆ ਪਿਆ ਪਿਆ ਮੈਨੂੰ ਅਜੇ ਅੱਜ ਤੋਂ 2 ਵਰੇ ਪਹਿਲਾਂ ਦੀ ਇੱਕ ਘਟਨਾ ਚੇਤੇ ਆ ਗਈ ਤੇ ਨਾਲ ਹੀ ਉਸ ਪਿੰਡੂ ਬੁੱਢੇ ਦੀ ਰਾਮ ਕਹਾਣੀ ਵੀ ਸੋਚਦਿਆਂ ਸੋਚਦਿਆਂ ਪਹਿਲਾਂ ਮੇਰੀਆਂ ਅੱਖਾਂ ਚੱਤਰੂ ਆ ਗਈ ਫਿਰ ਮੁੱਛਾਂ 'ਚ ਹਾਸਾ ਇੱਕ ਵਾਰੀ ਫੇਰ ਹੂ ਬਹੂ ਉਹੀ ਨਜ਼ਾਰਾ ਮੇਰੇ ਸਾਹਮਣੇ ਫਿਰਨ ਲੱਗਾ ਇਹ ਉਦੋਂ ਦਾ ਜ਼ਿਕਰ ਹੈ ਜਦੋਂ ਮੇਰੇ ਸਾਹਬ ਨੇ ਬੜੀਆਂ ਕੋਸ਼ਿਸ਼ਾਂ ਨਾਲ ਫਲੋਰੋਂ ਗੁਰਦਾਸਪੁਰ ਬਦਲੀ ਕਰਾਈ ਸੀ ਸਭ ਤੋਂ ਪਹਿਲਾ ਦੌਰਾ ਅਸੀਂ ਇਸੇ ਪਿੰਡ ਦਾ ਕੀਤਾ ਸੀ ਰੁੱਤ ਸਿਆਲ ਦੀ ਸੀ ਸਵੇਰ ਤੋਂ ਹੀ ਬੱਦਲ ਛਾਏ ਸਨ ਤੇ ਨਿੱਕੀ ਨਿੱਕੀ ਫੁਹਾਰ ਪੈ ਰਹੀ ਸੀ ਪਿੰਡੋਂ ਬਾਹਰ ਚੜ੍ਹਦੇ ਵੱਲ ਸਾਡਾ ਕੈਂਪ ਸੀ ਉਦੋਂ ਵੀ ਅੱਜ ਵਾਂਗੀ ਸਗੋਂ ਅੱਜ ਨਾਲੋਂ ਕਈ ਗੁਣਾ ਵੱਧ ਗਰਮਜੋਸ਼ੀ ਤੇ ਉਤਸ਼ਾਹ ਨਾਲ ਇਸ ਪਿੰਡ ਦੇ ਲੋਕਾਂ ਨੇ ਸਾਭ ਦੇ ਆਉ ਭਗਤ ਕੀਤੀ ਸੀ ਸਾਭ ਨੇ ਉਸਨ ਕਈ ਮੁਕਦਮੇ ਸੁਣਨੇ ਸਨ ਕੈਂਪ ਦੇ ਦਿਵਾਲੇ ਮੁੱਦਈਆਂ ਮੋਦੈਲੀਆਂ ਦੀ ਚੋਖੀ ਪੇੜ ਸੀ ਮੈਨੂੰ ਵੀ ਉਦੋਂ ਕਈ ਦਿਨਾਂ ਪਿੱਛੋਂ ਸ਼ਰਬਤ ਪਾਣੀ ਵਸੂਲ ਕਰਨ ਦਾ ਮੌਕਾ ਮਿਲਿਆ ਤੇ ਦਿਲ ਦਾ ਬੋਝ ਮੇਰੀ ਬੋਝਿਆਂ ਨੇ ਆਪਣੇ ਅੰਦਰ ਲੈ ਲਿਆ ਉਹ ਬੁੱਢਾ ਪਿੰਡੂ ਦਿਨ ਚ ਕੋਈ 4-5 ਵਾਰੀ ਆ ਕੇ ਮੇਰੇ ਪੈਰਾਂ ਤੇ ਡਿਗਿਆ ਤੇ ਸਾਬ ਨੂੰ ਸਲਾਮ ਕਰਨ ਦੀ ਚਾਹਨਾ ਕੀਤੀ ਪਰ ਇਹਨਾਂ ਤੇ ਲੰਚ ਤੇਲ ਕਿੱਥੇ ਸੀ ਇੱਥੇ ਤਾਂ ਉਹ ਗੱਲ ਸੀ ਕਿ ਜਿਹੜਾ ਦੇਵੇ ਰੋਕ ਉਹਦੀ ਤਾਣੀ ਦਿਆਂ ਠੋਕ ਭਲਾਂ ਦਮਾਂ ਦੇ ਰੁੱਠੇ ਵੀ ਕਦੇ ਗੱਲਾਂ ਨਾਲ ਮੰਨਦੇ ਹੁੰਦੇ ਨੇ ਉਹ ਚਾਰੇ ਪੰਜੇ ਵਾਰੀ ਮੈਥੋਂ ੱੱਕੇ ਤੇ ਗਾਲਾਂ ਖਾ ਕੇ ਪਿਛਾਂ ਮੁੜਿਆ ਸੰਧਿਆ ਹੋ ਗਈ ਮੜਾ ਮੜਾ ਮੀਂਹ ਪੈ ਰਿਆ ਸੀ ਮੈਂ ਸਾਹ ਦੀ ਘੋੜੀ ਨੂੰ ਲੰਬੜਦਾਰ ਦੀ ਹਵੇਲੀ ਛੱਡ ਕੇ ਮੁੜਿਆ ਆ ਰਿਹਾ ਸੀ ਜਦ ਮੈਂ ਕੈਂਪ ਦੇ ਨੇੜੇ ਪੁੱਜਾ ਵੇਖਿਆ ਉਹੀ ਬੁੱਢਾ ਪਿੰਡੂ ਮੀਂਹ ਨਾਲ ਭਿੱਜਾ ਹੋਇਆ ਇੱਕ ਰੁੱਖ ਥੱਲੇ ਬੈਠਾ ਕੰਬ ਰਿਹਾ ਸੀ ਮੀਂਹ ਜ਼ੋਰ ਦਾ ਹੋ ਗਿਆ ਮੈਂ ਵੀ ਉਸ ਰੁੱਖ ਥੱਲੇ ਝਟਕ ਖਲੋ ਗਿਆ ਮੇਰੇ ਵੱਲ ਬੁੱਢੇ ਦੀ ਪਿੱਠ ਸੀ ਮੇਰੇ ਵੇਖਦਿਆਂ ਵੇਖਦਿਆਂ ਉਹਨੇ ਆਪਣੀ ਮੈਲੀ ਚਾਦਰ ਦੀ ਕੰਨੀ ਖੋਲ ਕੇ ਉਸ ਵਿੱਚ ਇੱਕ ਕਸਮੈਲੇ ਰੰਗ ਦੀ ਪੂਟਲੀ ਕੱਢੀ ਸੀ ਮੈਂ ਵੀ ਤਾੜ ਗਿਆ ਕਿ ਮੱਛਲੇ ਪਿੰਡੂ ਦੀ ਜਦ ਸਾਰੇ ਬੰਨੇ ਦਾਲ ਨਹੀਂ ਗਲੀ ਤਾਂ ਹੁਣ ਲੱਗਾ ਗੰਡ ਖੀਸਾ ਫੋਲਣ ਕਿੱਡੇ ਖੇਖਣ ਕਰਦਾ ਸੀ ਜੋ ਮੇਰੇ ਕੋਲ ਤਾਂ ਕੱਚੀ ਕਾਡੀ ਵੀ ਨਹੀਂ ਮੈਂ ਵੀ ਦਿਲ ਚ ਸੋਚਿਆ ਕੱਲ ਮਨੀ ਆਰਡਰ ਕਰਾਉਣਾ ਚਲੋ ਹੋਰ ਨਹੀਂ ਤੇ ਡਾਕ ਖਾਨੇ ਦੀ ਫੀਸ ਹੀ ਸੀ ਸਹੀ ਇੱਕ ਹੋਰ ਠੰਣ ਠੰਣ ਕਰਦੇ ਰੁਪਿਆਂ ਦੀ ਰੁਪਏ ਦੀ ਉਡੀਕ ਚ ਮੈਂ ਛੇ ਕਿਖਲ ਹੋ ਗਿਆ ਉਹਨੇ ਪੋਟਲੀ ਉਤਲੀ ਟਾਕੀ ਖੋਲੀ ਇੱਕ ਦੇ ਹੇਠੋਂ ਦੂਜੀ ਦੂਜੀ ਹੇਠੋਂ ਤੀਜੀ ਇਸ ਤਰ੍ਹਾਂ ਦਬ ਦਬ ਖੋਲੀ ਗਿਆ ਮੇਰੇ ਸੀਨੇ ਨੂੰ ਨਿੱਗ ਦੇਣ ਵਾਲੀ ਚੀਜ਼ ਅਜੇ ਵੀ ਮੇਰੇ ਸਾਹਮਣੇ ਨਾ ਆਈ ਮੈਂ ਸੋਚ ਰਿਹਾ ਸੀ ਕਿਡਾ ਸ਼ੂਮ ਹੈ ਸੱਤਾਂ ਪੜਦਿਆਂ ਚ ਲੁਕਾ ਕੇ ਪੈਸੇ ਰੱਖਦਾ ਤੇ ਚੜਦੀ ਵੀ ਇਸੇ ਤਰ੍ਹਾਂ ਹੀ ਐ ਨਾ ਜੁੜਦੀ ਵੀ ਇਸੇ ਤਰ੍ਹਾਂ ਨਾ ਸਾਡੇ ਵਰਗੇ ਲਫੰਗਿਆਂ ਪਾਸਬੁਕਾਂ ਤੇ ਬੁੱਕ ਆਉਂਦੇ ਨੇ ਪਰ ਪੁਰੇ ਦੀ ਹਵਾ ਵਾਂਗੂੰ ਇਧਰੋਂ ਆਏ ਉਧਰ ਗਏ ਅਨੁਮਾਨ ਨਾਲ ਮੈਨੂੰ ਜਾਪਿਆ ਪੋਟਲੀ ਵਿੱਚਲੀ ਚੀਜ਼ ਰੁਪਈ ਨਾਲੋਂ ਕਿਤੇ ਛੋਟੀ ਐ ਸ਼ੈਤਾਨ ਬੁੱਢੇ ਉੱਤੇ ਮੈਨੂੰ ਗੁੱਸਾ ਆਉਣ ਲੱਗਾ ਕੀ ਇਹ ਦਵਾਨੀ ਚਵਾਨੀ ਨਾਲ ਕੰਮ ਸਾਰਨਾ ਚਾਹੁੰਦਾ ਮੈਂ ਫਿਰ ਗੋਹ ਨਾਲ ਤੱਕਿਆ ਉਹਨੇ ਗੰਡ ਵਿੱਚ ਲਈ ਚੀਜ਼ ਗੱਡੀ ਵੇਖਦੀ ਆਈ ਹੌਲੀ ਜੇ ਮੇਰੇ ਮੋਹ ਨਿਕਲੇ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਇਹ ਕਿਸੇ ਛੋਟੇ ਜੇ ਬਾਲ ਦਾ ਦੰਦ ਸੀ ਦੰਦ ਨੂੰ ਤਲੀ ਤੇ ਧਰ ਕੇ ਬੁੱਢਾ ਕਿੰਨਾ ਚਿਰ ਉਸ ਵੱਲ ਨੀਂ ਜਲਾ ਕੇ ਵੇਖਦਾ ਰਿਹਾ ਫਿਰ ਮੁੱਠੂ ਚ ਕੁੱਟ ਕੇ ਛਾਤੀ ਨਾਲ ਲਾਈ ਉੱਬੇ ਸਾਹ ਲੈਂਦਾ ਡੁਸਕਣ ਲੱਗ ਪਿਆ ਉਹਦਾ ਹਾਲ ਮੈਤੋਂ ਵੇਖਿਆ ਨਾ ਗਿਆ ਆਪਣੇ ਸੰਭਾਲੇ ਵਿੱਚ ਮੈਂ ਬਥੇਰੇ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਹਾਰ ਜਾਂਦੇ ਸਨ ਜਾਂ ਜਿਨ੍ਹਾਂ ਦਾ ਕੋਈ ਬੰਦਾ ਕੈਦ ਹੋ ਜਾਂਦਾ ਸੀ ਰੋਂਦਿਆਂ ਮਿਲਕਦੇ ਜਾਂ ਡਿੱਠਾ ਸੀ ਪਰ ਮੇਰੇ ਦਿਲ ਮੇਰਾ ਦਿਲ ਕਦੇ ਨਹੀਂ ਸੀ ਪਸੀਜਿਆ ਠੱਠਿਆਰਾਂ ਦੀ ਬਿੱਲੀ ਵਾਂਗ ਮੇਰੇ ਕੰਨ ਅਜੇ ਕੀਰਨੇ ਸੁਣਨ ਦੇ ਆਦੀ ਹੋ ਚੁੱਕੇ ਸਨ ਪਰ ਉਸ ਬੁੱਢੇ ਨੇ ਮੈਨੂੰ ਤੜਫਾ ਦਿੱਤਾ ਮੈਂ ਉਹਦੇ ਪਾਸ ਆ ਕੇ ਬੈਠ ਗਿਆ ਜਿਉਂ-ਜਿਉਂ ਮੈਂ ਉਹਨੂੰ ਟਾਰਸ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਸਗੋਂ ਵਧੇਰੇ ਰੋਂਦਾ ਸੀ ਉਹ ਡਾਡਾ ਔਖਾ ਹੋ ਕੇ ਰੋ ਰਿਹਾ ਸੀ ਮਾਲੂਮ ਹੁੰਦਾ ਸੀ ਉਹਦੇ ਅੰਦਰੋਂ ਜਿੰਨਾ ਕ ਰੋਣ ਆਉਂਦਾ ਉਹਨੂੰ ਬਾਹਰ ਨਹੀਂ ਕੱਢ ਸਕਦਾ ਉਹ ਰੋ ਰਿਹਾ ਸੀ ਪਰ ਅੱਖਾਂ ਉਹਦੀਆਂ 'ਚ ਇੱਕ ਵੀ ਅਥਰੂ ਨਹੀਂ ਸੀ ਸ਼ਾਇਦ ਸਰਦੀ ਕਰਕੇ ਜਾਂ ਬੁਢੇਪੇ ਦੇ ਸਲਾਬੇ ਕਰਕੇ ਉਹਦੇ ਅਥਰੂ ਜੰਮ ਗਏ ਸਨ ਹੁਣ ਉਹ ਮੇਰੀ ਜਫੀ 'ਚ ਸੀ ਤੇ ਮੈਂ ਉਹਦਾ ਦੁੱਖ ਦੂਰ ਕਰਨ ਦੇ ਫਿਕਰ ਵਿੱਚ ਥੋੜੇ ਚਿਰ ਪਿਛੋਂ ਸੰਭਲਿਆ ਤੇ ਦੰਦ ਨੂੰ ਉਸੇ ਤਰ੍ਹਾਂ ਲੀਰ ਦਿਆਂ ਤਿਆਂ 'ਚ ਵਲੇਟਣ ਲੱਗਾ ਮੀਨਾਲੀ ਸੀ ਦੋਵੇਂ ਭੇਜ ਰਹੇ ਸੀ ਮੈਂ ਉਹਨੂੰ ਨਾ ਉਠਾ ਕੇ ਆਪਣੇ ਛੌਲਦਾਰੀ ਚ ਲੈ ਗਿਆ ਸਟੋਪ ਪਕਾ ਕੇ ਮੈਂ ਚਾਹ ਬਣਾਈ ਤੇ ਅਸਾਂ ਦੋਹਾਂ ਪੀਤੀ ਉਸ ਦੰਦ ਦੀ ਕਥਾ ਸੁਣਾਉਣ ਲਈ ਮੈਂ ਉਹਦੀਆਂ ਬਥੇਰੀਆਂ ਮਨਤਾ ਕੀਤੀਆਂ ਪਰ ਉਹ ਦੱਸਣ ਨੂੰ ਰਾਜ਼ੀ ਨਾ ਹੋਇਆ ਅਚਾਨਕ ਹੀ ਉਹਨੇ ਸੰਦੂਕ ਤੇ ਪਈ ਹੋਈ ਮੇਰੀ ਚਪੜਾਸ ਵੇਖੀ ਤੇ ਮੇਰੇ ਮੂੰਹ ਵੱਲ ਤੱਕ ਕੇ ਅੱਖਾਂ ਲੱਗਾ ਕਿਉਂ ਪਾਉ ਤੂੰ ਇਉਂ ਸਾਹ ਦਾ ਅੜਦਲੀ ਸ਼ਰਮਿੰਦਿਆ ਹੋ ਕੇ ਮੈਂ ਕਿਹਾ ਓਹ ਬਾਬਾ ਮੈਂ ਉਹ ਤੈਨੂੰ ਤੱਕੇ ਮਾਰੇ ਸਨ ਉਦਾ ਚਿਹਰਾ ਖਿੜ ਪਿਆ ਤੇ ਪਾਗਲਾ ਵਾਂਗ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਮੇਰੇ ਤੇ ਗੱਡ ਕੇ ਆਖਣ ਲੱਗਾ ਮੈਨੂੰ ਸਾਬ ਨੂੰ ਨਹੀਂ ਮਿਲਾਵੇਂਗਾ ਮੈਂ ਹੱਸ ਕੇ ਆਖਾਂ ਮਿਲਾ ਦੇਾਂਗਾ ਉਹ ਡਰਦਾ ਡਰਦਾ ਬੋਲਿਆ ਪਰ ਰੁਪਈਆ ਤੇ ਮੇਰੇ ਕੋਲ ਹੱਥ ਦੇ ਇਸ਼ਾਰੇ ਨਾਲ ਮੈਂ ਉਹਨੂੰ ਤਸੱਲੀ ਦਿੰਦਿਆਂ ਕਿ ਆ ਰੁਪਈਆ ਤੇਰੇ ਕੋਲੋਂ ਨਹੀਂ ਮੰਗਦਾ ਪਰ ਇਸ ਦੰਦ ਦੀ ਕਹਾਣੀ ਤੈਨੂੰ ਜ਼ਰੂਰ ਸੁਣਾਣੀ ਪੈਗੀ ਨਾਲੇ ਦੱਸ ਜੋ ਸਾਬ ਨਾਲ ਤੇਰਾ ਕੀ ਕੰਮ ਹੈ ਹੱਥ ਵਾਲੀ ਪੋਟਲੀ ਨੂੰ ਮੁੜ ਚਾਦਰ ਦੀ ਕੰਨੀ 'ਚ ਬੰਨਦਾ ਹੋਇਆ ਬੋਲਿਆ ਕੰਮ ਕੰਮ ਪਾਉ ਤੈਨੂੰ ਕੀ ਦੱਸਾਂ ਇਸ ਪਿੰਡ ਦੇ ਬੰਦਿਆਂ ਨੇ ਮੇਰਾ ਪੋਏ ਝੁਗਾ ਸਾਭ ਲਿਆ ਸਗੋਂ ਮੈਨੂੰ ਪਿੰਡ 'ਚ ਪੈਰ ਵੀ ਨਹੀਂ ਧਰਨ ਦਿੰਦੇ ਤੇ ਮੈਨੂੰ ਉਹਦੇ ਹਾਲਤੇ ਤਰਸ ਆਇਆ ਤੇ ਉਹਦੇ ਮੋਢੇ ਨੂੰ ਥਾਪੜਦਿਆਂ ਹੋਇਆਂ ਮੈਂ ਕਿਹਾ ਅੱਛਾ ਬਾਪੂ ਤੂੰ ਕੋਈ ਫਿਕਰ ਨਾ ਕਰ ਮੈਂ ਵੱਡੇ ਵਾਲੇ ਤੈਨੂੰ ਸਾਹ ਪਾਸ ਲੈ ਚੱਲ ਲੰਗਾ ਤੇ ਜੀ ਦਾ ਲੱਗਾ ਤੇ ਤੇਰੀ ਸਿਫਾਰਿਸ਼ ਵੀ ਕਰ ਦਿਆਂਗਾ ਤੇਰੇ ਬੱਚੇ ਜਿਉਣ ਕਹਿ ਕੇ ਬੁੱਢਾ ਆਪਣੀ ਰਾਮ ਕਹਾਣੀ ਇਸ ਤਰ੍ਹਾਂ ਸੁਣਾਉਣ ਲੱਗਾ ਇਸੇ ਪਿੰਡ ਵਿੱਚ ਮੈਂ ਜੰਮਿਆ ਪਲਿਆ ਸੀ ਇੱਥੇ ਜਵਾਨੀ ਦੇ ਦਿਨ ਵੇਖੇ ਮਾਪਿਆਂ ਦਾ ਮੂੰਹ ਮੈਂ ਕਦੇ ਡਿੱਠਾ ਹੈ ਕਿ ਨਹੀਂ ਇਹਦਾ ਚੇਤਾ ਨਹੀਂ ਬਸ ਦਮ ਦਾ ਦਮ ਧੋਖਾ ਨਾ ਗੰਮ ਵਾਲੀ ਗੱਲ ਸੀ ਸੁਭਾਅ ਦਾ ਮੈਂ ਮੁੱਢ ਤੋਂ ਹੀ ਕਾਲਾ ਤੇ ਭੈੜੂ ਸ ਭੋਏ ਮੇਰੀ ਬਥੇਰੀ ਸੀ ਪਰ ਬਾਣ ਗਾਣ ਦੀ ਮੈਨੂੰ ਕਦੇ ਲੋੜ ਨਹੀਂ ਸੀ ਬੁੱਢੇ ਦੀ ਗੱਲ ਨੂੰ ਟੋਕ ਕੇ ਮੈਂ ਪੁੱਛਿਆ ਤੇ ਬਾਬਾ ਗੁਜ਼ਾਰਾ ਤੇਰਾ ਕਿਵੇਂ ਚੱਲਦਾ ਸੀ ਆਖਣ ਲੱਗਾ ਗੁਜ਼ਾਰਾ ਮੇਰਾ ਉਹਨਾਂ ਲੋਕਾਂ 'ਚ ਸਿਰੋਂ ਚੱਲਦਾ ਸੀ ਜਿਨ੍ਹਾਂ ਦੇ ਮੈਂ ਵੇਲੇ-ਕਵੇਲੇ ਕੰਮ ਆਇਆ ਕਰਦਾ ਸੀ ਮੈਂ ਪੁੱਛਿਆ ਕੀ ਕੰਮ ਉਹ ਠੰਡਾ ਸਾਹ ਭਰ ਕੇ ਆਖਣ ਲੱਗਾ ਕੰਮ ਦੀ ਭਲੀ ਪੁੱਛਿਓ ਜਵਾਨੀ ਮਸਤਾਨੀ ਦਾ ਰੰਗ ਸੀ ਜੋ ਕੰਮ ਕਿਸੇ ਪਾਸੋਂ ਨਾ ਹੋ ਸਕੇ ਉਸ ਲਈ ਚੇਤ ਸੋਹ ਨੂੰ ਹੀ ਬਲਦੀ ਦੇ ਬੁੱਥੇ ਅੱਗੇ ਡਾਇਆ ਜਾਂਦਾ ਸੀ ਮੈਂ ਪੁੱਛਿਆ ਹਲਾ ਬਾਬਾ ਚੇਤ ਸਿਆਂ ਫੇਰ ਬੁੱਢਾ ਬੋਲਿਆ ਹਲਾ ਰੱਬ ਤੇਰਾ ਭਲਾ ਕਰੇ ਇੱਕ ਦਿਨ ਪਿੰਡ ਦੇ ਪੰਜਾਂ ਸੱਤਾਂ ਗਬਰੀਟਾਂ ਨੇ ਇਕੱਠਿਆ ਹੋ ਕੇ ਮੇਰੇ ਜਿਮੇ ਇੱਕ ਕੰਮ ਲਾਇਆ ਕਹਿੰਦਾ ਕਹਿੰਦਾ ਬੁੱਢਾ ਚੁੱਪ ਹੋ ਗਿਆ ਮੈਂ ਪੁੱਛਿਆ ਹਾਂ ਕਰ ਗੱਲ ਕੀ ਕੰਮ ਲਾਇਆ ਉਹਨਾਂ ਤੇਰੇ ਜਿਮੇ ਸਾਂ ਨੂੰ ਅੰਦਰ ਖਿੱਚ ਕੇ ਤੇ ਫਿਰ ਛੱਡ ਕੇ ਬੁੱਢਾ ਬੋਲਿਆ ਇੱਕ ਮੁੰਡੇ ਨੂੰ ਮਾਰਨ ਦਾ ਮੈਂ ਹੈਰਾਨ ਹੋ ਕੇ ਪੁੱਛਿਆ ਕੁੱਟਣ ਦਾ ਉਹ ਬੋਲਿਆ ਨਹੀਂ ਜਾਨੋ ਮਾਰਨ ਦਾ ਸਾਡੇ ਪਿੰਡ ਦੀ ਇੱਕ ਬੁੱਢੀ ਤੀਵੀ ਸੀ ਉਹ ਉਸ ਜਾਤ ਵਿੱਚੋਂ ਸੀ ਜਿਸ ਨਾਲ ਛੋਣਾ ਪਿੱਟਣਾ ਸਾਡੇ ਚ ਪਾਪ ਸਮਝਿਆ ਜਾਂਦਾ ਉਹਦਾ ਇੱਕੋ ਇੱਕ ਚੌ ਪੰਜ ਵਰਿਆਂ ਦਾ ਮੁੰਡਾ ਉਹਦੇ ਘਰ ਵਾਲੇ ਦੀ ਨਿਸ਼ਾਨੀ ਬਾਕੀ ਸੀ ਬੁੱਢੀ ਕੁਛ ਚਿਰ ਲਈ ਆਪਣੇ ਭਾਂਜੇ ਦੇ ਪਿੰਡ ਜਾ ਰਹੀ ਸੀ ਉੱਥੇ ਅਕਾਲੀਆਂ ਦਾ ਪ੍ਰਚਾਰ ਬਹੁਤ ਸੀ ਤੂਨੇ ਵੀ ਆਪਣੀ ਜਾਤ ਤੇ ਕਈਆਂ ਹੋਰ ਤੀਵੀਆਂ ਮਨੁੱਖਾਂ ਨਾਲ ਰਲ ਕੇ ਅੰਮ੍ਰਿਤ ਛੱਕ ਲਿਆ ਮੁਰ ਕੁਝ ਦਿਨਾਂ ਮਗਰੋਂ ਇੱਥੇ ਆ ਗਈ ਪਹਿਲਾਂ ਤਾਂ ਕਿਸੇ ਸੁਣਿਆ ਕਿਸੇ ਨਾਂ ਸੁਣਿਆ ਪਰ ਜਦ ਇੱਕ ਦਿਨ ਪ੍ਰਭਾਤ ਵੇਲੇ ਪਿੰਡ ਦੇ ਗੁਰਦੁਆਰੇ ਚ ਬੋਖ ਕਰਦਿੰਦੇ ਆ ਉਹਨੂੰ ਡਿੱਠਾ ਤਾਂ ਹਹਾਕਾਰ ਮਚ ਗਈ ਇਸ ਕੰਮ ਦਾ ਮੋਢੀ ਉਹ ਮਈਓ ਸਾ ਅਸੀਂ ਮਰਨ ਮਾਰਨ ਨੂੰ ਤਿਆਰ ਹੋ ਪਏ ਪਰ ਜਦ ਸਾਨੂੰ ਪਤਾ ਲੱਗਾ ਕਿ ਅਕਾਲੀਆਂ ਦਾ ਇੱਕ ਤਗੜਾ ਟੋਲਾ ਉਹਦੀ ਮਦਦ ਤੇ ਹੈ ਤਾਂ ਅਸੀਂ ਆਪਣੇ ਗੁੱਸੇ ਨੂੰ ਲਹੂ ਦਾ ਘੁੱਟ ਭਰ ਕੇ ਅੰਦਰੋਂ ਅੰਦਰ ਪੀ ਗਏ। ਡੀ ਨਿਰਜਕ ਹੋ ਕੇ ਰੋਜ਼ ਪ੍ਰਭਾਤ ਵੇਲੇ ਗੁਰਦੁਆਰੇ ਜਾਵੜਦੀ ਤੇ ਬਹੁਤ ਕਰਬਾਰੀ ਫੇਰਦੀ ਤੇ ਸਾਡੇ ਸੀਨਿਆਂ 'ਚ ਇਸ ਗੱਲ ਤੇ ਲੰਬੂ ਬਾਲ ਦਿੱਤੇ ਪਰ ਕੋਈ ਪੇਸ਼ ਨਹੀਂ ਸੀ ਜਾਂਦੀ। ਅਖੀਰ ਇੱਕ ਦਿਨ ਮੇਰੇ ਨਾਲ ਦਿਆਂ ਨੇ ਰਲ ਕੇ ਸਲਾਹ ਕੀਤੀ ਕਿ ਜਦ ਤੱਕ ਇਸ ਬੁੱਢੀ ਡੈਣ ਤੋਂ ਬਦਲਾ ਨਹੀਂ ਲੈਂਦੇ ਸਾਡੇ ਕਾਲਜੇ ਠੰਡੇ ਨਹੀਂ ਹੋਣੇ। ਇਹ ਹੋਈ ਸਾਰੀਆਂ ਕਲਾਂ ਦੀ ਮੂਲ ਹੈ ਜਿਨੇ ਸਾਡਾ ਧਰਮ ਨਸ਼ਟ ਕਰ ਦਿੱਤਾ। ਉਹਨਾਂ 20 ਰੁਪਏ ਇਕੱਠੇ ਕਰਕੇ ਮੇਰੇ ਹੱਥ ਫੜਾਏ ਤੇ ਉਸ ਰੰਡੀ ਬੁੱਢੀ ਨੂੰ ਅੰਤਰੀ ਕਰਨ ਦਾ ਭਾਰ ਮੇਰੇ ਮੋਢਿਆਂ ਤੇ ਝੁਕਾ ਦਿੱਤਾ 1 ਰੁਪਿਆ ਦਾ ਲੋਭ ਤੇ ਦੂਜਾ ਬੁੱਢੀ ਤੋਂ ਬਦਲਾ ਲੈਣ ਦੀ ਖੁਸ਼ੀ ਨੇ ਮੇਰਾ ਦਿਲ ਦੂਣਾ ਕਰ ਦਿੱਤਾ ਤੇ ਮੈਂ ਉਸ ਵਿਚਾਰੇ ਵਿਦੋਸ਼ੇ ਬਾਲ ਦਾ ਜਮਦੂਤ ਬਣ ਕੇ ਅੱਧੀ ਰਾਤ ਹੀ ਘਰੋਂ ਨਿਕਲ ਤੁਰਿਆ ਬੁੱਢੇ ਦੀ ਇਹ ਡਰਾਉਣੀ ਕਥਾ ਸੁਣ ਕੇ ਮੈਂ ਕੰਬ ਗਿਆ ਤੇ ਸੈਮੀ ਹੋਈ ਇੱਕ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਫਿਰ ਬਾਬਾ ਚੇਤਸਿਆ ਤੂੰ ਉਹਨੂੰ ਮਾਰ ਦਿੱਤਾ ਇੱਕ ਵਾਰੀ ਖੰਘ ਕੇ ਛੋਲਦਾਰੀਆਂ ਵਾਰ ਥੁੱਕ ਕੇ ਬੁੱਢਾ ਬੋਲਿਆ ਮੈਂ ਉਹਨੂੰ ਮਾਰ ਦਿੱਤਾ ਤੇ ਉਹਨ ਮੈਨੂੰ ਮਾਰ ਦਿੱਤਾ ਰੁਪਈਏ ਜੋ ਲੈ ਸਨ ਕੀ ਕਰਦਾ ਰਜਵੀ ਸ਼ਰਾਬੀ ਕਿ ਮੈਂ ਅੱਧੀ ਰਾਤੀ ਉੱਠ ਕੇ ਉਸ ਬੁੱਢੀ ਦੀ ਛੰਨਵਾਲ ਤੁਰ ਪਿਆ ਰੁੱਤ ਗਰਮੀ ਦੀ ਤੇ ਰਾਤ ਚਾਨਣੀ ਸੀ ਪਰ ਮੀਂਹ ਦੇ ਬੱਦਲਾਂ ਨੇ ਮੇਰੀ ਚੰਗੀ ਮਦਦ ਕੀਤੀ ਝੁੱਗੀ ਉਹਦੀ ਪਿੰਡੋਂ ਪਸਿੱਤੀ ਸੀ ਮੈਂ ਜਾ ਕੇ ਉਹਦੇ ਪਿਛਵਾੜੇ ਖੜੋ ਗਿਆ ਤੇ ਚੀਥਾਂ ਚ ਅੰਦਰ ਦਾ ਹਾਲ ਚਾਲ ਵੇਖਣ ਲੱਗਾ ਪਰ ਅੰਦਰ ਹਨੇਰਾ ਸੀ ਕੁੱਕੜ ਬਾਗ ਵੇਲੇ ਬੁੱਢੀ ਜਾਗੀ ਹੌਲੀ ਹੌਲੀ ਕੁਝ ਪੜਦੀ ਹੋਈ ਨੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ ਜਾਣ ਤੋਂ ਪਹਿਲਾਂ ਦੋ ਤਿੰਨ ਵਾਰੀ ਉਹਨੇ ਮੁੰਡੇ ਦਾ ਮੂੰਹ ਚੁੰਮਿਆ ਸਿਰ ਭਲੋਸਿਆ ਸੁੱਤੇ ਨਾਲ ਹੀ ਗੱਲਾਂ ਕਰਦੀ ਕਰਦੀ ਬਾਹਰ ਨਿਕਲ ਗਈ ਜਦ ਮੈਂ ਡਿਠਾ ਕਿ ਉਹ ਚੋਕੀ ਦੂਰ ਚਲੀ ਗਈ ਹੈ ਤਾਂ ਦੱਬੇ ਪੈਰੀਂ ਛੰਨ ਦੇ ਬੂਹੀ ਕੋਲ ਆਇਆ ਹੋੜਾ ਡੰਡਾ ਪਛਾਹ ਹਟਾ ਕੇ ਬੂਆ ਖੋਲਿਆ ਤੇ ਅੰਦਰ ਵੜ ਗਿਆ ਮੈਂ ਉਸ ਤੋਂ ਪਹਿਲਾਂ ਭਾਵੇਂ ਬਥੇਰੇ ਭੇੜੇ ਕੰਮ ਕੀਤੇ ਸੀ ਪਰੇ ਹੋ ਜਾਂ ਨੀਚ ਕੰਮ ਕਦੀ ਨਹੀਂ ਸੀ ਕੀਤਾ ਖਰੇ ਇਸੇ ਕਰਕੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ ੱੱਪੜ ਸਣੀ ਬਾਲ ਨੂੰ ਬਲੇਟ ਕੇ ਚੁੱਕਣ ਤੇ ਬਾਹਰ ਆਉਣ ਚ ਮੈਨੂੰ ਬਹੁਤੀ ਧੀਰ ਨਾਲ ਲੱਗੀ ਬੱਦਲਾਂ ਕਰਕੇ ਹਰ ਪਾਸੇ ਹਨੇਰਾ ਘੁੱਪ ਸੀ ਮੈਂ ਇੱਕ ਵਾਰੀ ਗੌਰ ਨਾਲ ਸੱਜੇ ਖੱਬੇ ਝਾਕਿਆ ਤੇ ਫਿਰ ਇੱਕ ਪਾਸੇ ਤੁਰ ਪਿਆ ਇਸ ਪਿੰਡੋਂ ਲਹਿੰਦੇ ਵੱਲ ਇੱਕ ਸੰਗਣਾ ਰੁਕ ਸੀ ਹੁਣ ਤੇ ਉੱਥੇ ਹਾਲ ਫਿਰ ਗਏ ਨੇ ਤੇ ਉੱਥੇ ਪਹੁੰਚ ਕੇ ਮੈਂ ਮਲਿਆਂ ਦੇ ਵਿਚਾਲੇ ਇੱਕ ਥਾਂ ਜਾ ਕੇ ਖੜੋ ਗਿਆ ਮੈਂ ਮੁੰਡਾ ਉਤਲਾ ਮੁੰਡੇ ਉਤਲਾ ਤੱਪੜ ਛੇਤੀ ਨਾਲਾ ਕੇ ਪੁੰਝੇ ਸੁੱਟ ਦਿੱਤਾ ਬੈਠ ਕੇ ਉਹਨੂੰ ਗੋਡਿਆਂ ਤੇ ਪਾ ਲਿਆ ਤੇ ਉਹ ਜਾਗਣ ਦਾ ਯਤਨ ਕਰ ਰਿਹਾ ਸੀ ਇਸ ਵੇਲੇ ਬੱਦਲਾਂ ਚੋਂ ਛਾਤੀ ਪਾ ਕੇ ਚੰਨ ਮੇਰੇ ਇਸ ਕੰਮ ਨੂੰ ਵੇਖ ਰਿਹਾ ਸੀ ਮੁੰਡੇ ਨੇ ਆਪਣੀਆਂ ਮੋਟੀਆਂ-ਮੋਟੀਆਂ ਅੱਧ ਖੁੱਲੀਆਂ ਅੱਖਾਂ ਨਾਲ ਆਪਣੇ ਵੱਲ ਇੱਕ ਉਪਰੇ ਮਨੁੱਖ ਨੂੰ ਘੂਰਦਿਆਂ ਵੇਖਿਆ ਤੇ ਅਬੜਵਾਇ ਚੀਕ ਉਠਿਆ ਮੇਰੇ ਲਈ ਹੁਣ ਦੇਰ ਕਰਨ ਦਾ ਮੌਕਾ ਨਹੀਂ ਸੀ ਦਿਲ ਨੂੰ ਪੱਕਿਆਂ ਕਰਕੇ ਮੈਂ ਦੋਹਾਂ ਹੱਥਾਂ ਚੋਂ ਦੀ ਸੰਗੀ ਫੜ ਲਈ ਮੁੰਡਾ ਡੱਡਿਆ ਉੱਠਿਆ ਉਸ ਕਾਬਰ ਕੇ ਆਪਣੀਆਂ ਦੋਵੇਂ ਬਾਹਾਂ ਮੇਰੇ ਗਲ 'ਚ ਪਾ ਲਈਆਂ ਨੀਂਦਰ ਤੇ ਸ਼ਦਮਾਨ ਦੇ ਭਲੇਖੇ ਉਹਦੀਆਂ ਕੂਲੀਆਂ ਬਾਹਾਂ 'ਚ ਪਤਾ ਨਹੀਂ ਕੀ ਜਾਦੂ ਸੀ ਕਿ ਜਿਉਂ-ਜਿਉਂ ਉਹਨਾਂ ਦੀ ਕਸ ਮੇਰੇ ਗਲੇ ਨੂੰ ਜਕੜਦੀ ਜਾਂਦੀ ਤਿਉਂ-ਤਿਉਂ ਮੇਰੇ ਹੱਥ ਢਿੱਲੇ ਹੁੰਦੇ ਜਾਂਦੇ ਸੀ ਮੈਂ ਬਥੇਰੀ ਵਾਹ ਲਈ ਪਰ ਉਂਗਲਾਂ ਨੇ ਮੇਰੇ ਅੱਖਾਂ ਨਾ ਹੀ ਮੰਨਿਆ ਚੰਨ ਅੱਗੋਂ ਬੱਦਲ ਹਟਦੇ ਜਾਂਦੇ ਸੀ ਤੇ ਉਹਦੇ ਚੰਨ ਨਾਲ ਆਸ-ਪਾਸ ਦੀਆਂ ਨਾ ਡਿੱਟੀਆਂ ਚੀਜ਼ਾਂ ਵੀ ਦਿਸ ਰਹੀਆਂ ਸਨ ਮੁੰਡਾ ਹੁਣ ਮੇਰੇ ਗਲ 'ਚ ਬਾਹੀ ਪਾ ਕੇ ਮੇਰੀ ਛਾਤੀ ਨਾਲ ਪਿੱਛਿਆ ਹੋਇਆ ਸੀ। ਜਾਨੀ ਦਾ ਫਾਹੀ ਉਹਦੇ ਗਲੋਂ ਨਿਕਲ ਕੇ ਮੇਰੇ ਗਲ ਪੈ ਗਈ। ਕੁਝ ਚਿਰ ਲਈ ਮੇਰੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ। ਮੈਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਮੇਰੇ ਹੱਥ ਉਹਦੀ ਗਿੱਚੀ ਨੂੰ ਛੱਡ ਕੇ ਉਹਦੀ ਪਿੱਠ ਤੇ ਫਿਰਨ ਲੱਗ ਪਏ। ਮੁੰਡਾ ਹੁਣ ਚੁੱਪ ਸੀ। ਬੱਦਲਾਂ ਦੇ ਘੇਰੇ 'ਚੋਂ ਲਗਭਗ ਸਾਰਾ ਚੰਨ ਬਾਹਰ ਆ ਚੁੱਕਾ ਸੀ ਪਰ ਹੌਲੀ-ਹੌਲੀ ਇੱਕ ਕਾਲੀ ਬੱਦਲੀ ਆ ਕੇ ਫੇਰ ਉਹਨੂੰ ਲੁਕਾਉਣ ਦਾ ਯਤਨ ਕਰ ਰਹੀ ਸੀ। ਮੈਨੂੰ ਆਪਣੀ ਇਸ ਥੋੜ੍ਹ ਦਿਲੀ ਤੇ ਡਾਢਾ ਗੁੱਸਾ ਆਇਆ। ਕਿ ਇਹ ਨਿੱਕਾ ਜਿਹਾ ਕੰਮ ਇਥੋਂ ਨਹੀਂ ਹੋ ਸਕਦਾ ਇਹ ਸੋਚ ਕੇ ਮੈਂ ਰੁੱਖ ਨਾਲ ਲਿਪਟੀ ਹੋਈ ਵੇਲ ਵਾਂਗ ਮੁੰਡੇ ਨੂੰ ਇੱਕੋ ਝਟਕੇ ਨਾਲ ਛਾਤੀ ਨਾਲ ਉਲਾ ਲਿਆ ਦੰਦ ਕਰੀਚ ਕੇ ਬੁੱਲ ਟੁੱਕ ਕੇ ਮੈਂ ਦੂਜੀ ਵਾਰੀ ਫੇਰ ਉਹਨੂੰ ਗਿੱਚੀਆਂ ਫੜ ਲਿਆ ਉਹ ਅੱਗੇ ਵਾਂਗ ਹੀ ਰੋਂਦਾ ਘਰਕਦਾ ਮੇਰੀ ਛਾਤੀ ਵੱਲ ਬਾਹਾਂ ਪਸਾਰਨ ਲੱਗਾ ਮੈਂ ਹੈਰਾਨ ਸੀ ਮੇਰਾ ਸਾਹ ਸੱਤ ਅੱਜ ਕਿੱਧਰ ਚਲਾ ਗਿਆ ਹੱਥ ਜਿਵੇਂ ਕਿਸੇ ਚੀਜ਼ ਨੇ ਫੜ ਲਏ ਮੇਰੀ ਛਾਤੀ 'ਚ ਤੁਖ ਤੁਖੇ ਜੀ ਹੋ ਰਹੀ ਸੀ ਹੰਬਲਾ ਮਾਰ ਕੇ ਮੁੰਡਾ ਫਿਰੇ ਫੇਰ ਮੇਰੇ ਗਲ ਨਾਲ ਲੱਗ ਗਿਆ ਲੱਗਦਾ ਈ ਸੌਂ ਗਿਆ ਨਾਲ ਹੀ ਮੈਨੂੰ ਇਹ ਉੰਜਾਪਿਆ ਜਿਵੇਂ ਮੇਰੇ ਤਪਰੇ ਕਲੇਜੇ ਤੇ ਕਿਸੇ ਨੇ ਬਰਫ਼ ਦਾ ਡੜਾ ਰੱਖ ਦਿੱਤਾ ਇਸ ਤਰ੍ਹਾਂ ਹੋਰ 2-3 ਵਾਰ ਮੈਂ ਵਾਹ ਲਈ ਪਰ ਮੈਨੂੰ ਤਾਂ ਕੁਝ ਵੀ ਨਾ ਸਰਿਆ ਹਾਰ ਕੇ ਮੈਂ ਮੁੰਡੇ ਨੂੰ ਮੁੜ ਤੱਪੜ ਤੇ ਵਲੇਟ ਕੇ ਉਹਦੀ ਕੁਲੀ ਵੱਲ ਲੈ ਤੁਰਿਆ ਥੋੜੀ ਦੂਰ ਜਾ ਕੇ ਫੇਰ ਖਲੋ ਗਿਆ ਫੇਰ ਅੱਗੇ ਤੁਰਿਆ ਪਿਛਾਂ ਮੁੜਿਆ ਪੂਰੀ ਤਰ੍ਹਾਂ ਦਿਲ ਤੇ ਕਾਬੂ ਪਾ ਕੇ ਮੈਂ ਉਹਨੂੰ ਦੂਜੀ ਵੇਰਾਂ ਰੁੱਖ ਵੱਲ ਲੈ ਗਿਆ ਮੇਰੀਆਂ ਲੱਤਾਂ ਤੁਰਦੀਆਂ ਜਾਂਦੀਆਂ ਪਰ ਕਿਹੜੇ ਪਾਸੇ ਇਹਦਾ ਮੈਨੂੰ ਕੋਈ ਪਤਾ ਨਹੀਂ ਪੈਰ ਨੂੰ ਕਿਸੇ ਪੱਥਰ ਦੀ ਠੋਕਰ ਲੱਗਣ ਕਰਕੇ ਜਦ ਮੈਂ ਆਸੇ-ਪਾਸੇ ਡਿੱਠਾ ਪਤਾ ਲੱਗਾ ਕਿ ਰੁੱਖ ਦਾ ਰਾਹ ਛੱਡ ਕੇ ਮੈਂ ਨਹਿਰ ਦੀ ਸੜਕੇ ਜਾ ਰਿਹਾ ਸੀ ਇਹ ਵੀ ਚੰਗਾ ਹੋਇਆ ਚਲੋ ਇਹਨੂੰ ਨਹਿਰ ਦੇ ਹਵਾਲੇ ਕਰਾਂਗਾ ਇੱਕੋ ਹਨਾਰੇ ਨਾਲ ਕੰਮ ਪੂਰਾ ਹੋ ਜਾਏਗਾ ਇਹ ਸੋਚ ਕੇ ਮੈਂ ਨਹਿਰ ਵੱਲ ਤੁਰ ਪਿਆ ਇਸ ਵੇਲੇ ਮੈਨੂੰ ਨਿੱਕੇ ਹੁੰਦਿਆਂ ਦਾ ਉਹ ਦਿਨ ਚੇਤੇ ਆ ਗਿਆ ਜਦ ਮੈਂ ਨਹਾਉਂਦਾ-ਨਹਾਉਂਦਾ ਛੱਪੜ 'ਚ ਡੁੱਬ ਚੱਲਿਆ ਸੀ ਤੇ ਮੈਨੂੰ ਕਿ ਝੋਰਾ ਦੇ ਮੁੰਡੇ ਨੇ ਬਾਹਰ ਕੱਢਿਆ ਸੀ ਕਿ ਧੀ ਜਾਨ ਕੰਧਲ ਆਈ ਸੀ ਕਿਸ ਤਰ੍ਹਾਂ ਸਾਹ ਰੁਕਣ ਕਰਕੇ ਮੈਂ ਆਵਾਜ਼ਾਰ ਹੋਇਆ ਸੀ ਕਿ ਇਸ ਵਿਚਾਰੇ ਦਾ ਵੀ ਇਹ ਹਾਲ ਹੋਏਗਾ ਪਰ ਮੈਨੂੰ ਕੀ ਖਾਇ ਖਸਮਾ ਨੂੰ ਮੈਂ ਨਹਿਰ ਦੇ ਕੰਢੇ ਖੜਾ ਸਾਂ ਉਧਰੋਂ ਦਿਨ ਚੜਦਾ ਹੁੰਦਾ ਸੀ ਤੇ ਇਧਰ ਮੇਰਾ ਦਿਲ ਥੱਲੇ ਥੱਲੇ ਜਾ ਰਿਹਾ ਸੀ ਕੰਢੇ ਤੇ ਖਲੋ ਮੈਂ ਉਹਨੂੰ ਮੋਢੇ ਨਾਲੋਂ ਲਾਇਆ ਇੱਕ ਹੱਥ ਨਾਲ ਉਹਦੀਆਂ ਦੋਵੇਂ ਲੱਤਾਂ ਫੜੀਆਂ ਦੂਜਾ ਉਹਦੀ ਗਿੱਚੀ ਦੇ ਢੇਠੋਂ ਦੀ ਪਾ ਕੇ ਆਪਣੀਆਂ ਦੋਵੇਂ ਬਾਹਾਂ ਉੱਚੀਆਂ ਕਰ ਲਈਆਂ ਮੁੰਡਾ ਫੇਰ ਜਾਗ ਗਿਆ ਉਦੇ ਮੂੰਹ ਨਿਕਲਿਆ ਮਾਂ ਮਾਂ ਤੇ ਨਾਲ ਹੀ ਉਹਨੇ ਇੱਕ ਐਸੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਕਿ ਮੈਂ ਉਹਦਾ ਉਹਨੂੰ ਰੋੜ ਦਾ ਆਪ ਰੁੜ ਗਿਆ ਕਿ ਮੈਂ ਉਹਦੀ ਮਾਂ ਸਾਂ ਥੋੜੇ ਚਿਰ ਪਿਛੋਂ ਘਾਹ ਤੇ ਬੈਠਾ ਰੋ ਰਿਆ ਸੀ ਤੇ ਮੈਂ ਉਹਨੂੰ ਵਰਚਾਣ ਲਈ ਆਂਬ ਦੇ ਬੂਟੇ ਨਾਲੋਂ ਕੱਚੀਆਂ ਆਂਬੀਆਂ ਤੋੜ ਰਿਆ ਸੀ ਹੋਰ ਥੋੜੇ ਚਿਰ ਪਿਛੋਂ ਅਸੀਂ ਦੋਵੇਂ ਖੇਡ ਰਹੇ ਸੀ ਉਹ ਆਂਬੀਆਂ ਚੁੱਕ ਕੇ ਮੇਰੇ ਵੱਲ ਸੁੱਟਦਾ ਤੇ ਮੈਂ ਉਸ ਵੱਲ ਨਾਲ ਹੀ ਕਿਸੇ ਵੇਲੇ ਮੈਂ ਉਹਦੇ ਕੰਨ ਨਾਲ ਮੂੰਹ ਜੋੜ ਕੇ ਕੰਨਾ ਮੰਨਾ ਕੁਰ ਬਾਲਪੁਣੇ ਦੀ ਸਾਰੀ ਉਮਰ ਮੈਂ ਖੇਡਣ ਮਲਣ ਚਿ ਗੁਵਾਈ ਸੀ ਪਰ ਉਸ ਦਿਨ ਦੀ ਖੇਡ ਚ ਮੈਨੂੰ ਜੋ ਸੁਆਦ ਆਇਆ ਉਹ ਅੱਗੇ ਕਦੇ ਕਾਹਨੂੰ ਆਇਆ ਸੀ ਖੇਡਦਿਆਂ ਖੇਡਦਿਆਂ ਮੁੰਡੇ ਨੂੰ ਫੇਰ ਮਾਂ ਦਾ ਚੇਤਾ ਆ ਗਿਆ ਨਾਲ ਹੀ ਮੈਨੂੰ ਵੀ ਆਪਣੇ ਕੰਮ ਦਾ ਪਰ ਅਸੀਂ ਦੋਹਾਂ ਹੀ ਕੋਈ ਬਹੁਤਾ ਖਿਆਲ ਨਾ ਕੀਤਾ ਮੁੰਡਾ ਮੇਰਾ ਹੱਥ ਫੜ ਕੇ ਕਹਿਣ ਲੱਗਾ ਮਾਂ ਕੋਲ ਜਾਣਾ ਤੇ ਮੇਰੇ ਅੰਦਰੋਂ ਇੱਕ ਆਵਾਜ਼ ਆਈ ਤੂੰ ਇੱਥੇ ਕਿਸੇ ਕੰਮ ਲਈ ਆਇਆ ਸੈਂ ਆਪਣੇ ਅੰਦਰ ਲਈ ਦੀ ਆਵਾਜ਼ ਮੈਂ ਸੁਣ ਕੇ ਵੀ ਨਾ ਸੁਣੀ ਪਰ ਮੁੰਡੇ ਦੀ ਗੱਲ ਦਾ ਜਵਾਬ ਦੇਣ ਲਈ ਮੈਂ ਉਹਦੀ ਠੋਡੀ ਫੜ ਲਈ ਤੇ ਕਿਹਾ ਤੇਰੀ ਮਾਂ ਮੇਲੇ ਗਈ ਚੱਲ ਤੈਨੂੰ ਵੀ ਲੈ ਚੱਲਾਂ ਉੱਥੇ ਚੱਲ ਕੇ ਤੈਨੂੰ ਬਾਜ਼ੀਆਂ ਲੈ ਦੇਵਾਂਗਾ ਨਾਲੇ ਰਿਉੜੀਆਂ ਵੀ ਰਿਉੜੀਆਂ ਬਾਜ਼ੀਆਂ ਕਹਿ ਕੇ ਤੇ 扑ਕ ਕੇ ਮੁੰਡਾ ਮੇਰੇ ਗੱਲ ਨੂੰ ਆ ਚੰਬੜਿਆ ਮਾਲੂਮ ਹੁੰਦਾ ਸੀ ਉਹ ਮਾਂ ਤੋਂ ਬਿਨਾਂ ਰਹਿਣ ਗਿੱਜਿਆ ਹੋਇਆ ਨਹੀਂ ਤਾਂ ਰੋ ਰੋ ਕੇ ਫਾਵਾ ਹੋ ਜਾਂਦਾ ਮੈਂ ਉਹਨੂੰ ਮੋਢੇ ਤੋਂ ਚੁੱਕ ਕੇ ਤੁਰ ਪਿਆ ਪਤਾ ਨਹੀਂ ਕਿੱਧਰ ਥੋੜੀ ਦੂਰ ਜਾ ਕੇ ਮੇਰੀ ਸਲਾਹ ਹੋਈ ਇਹਨੂੰ ਇਹਦੇ ਘਰੇ ਪਹਚਾਵਾ ਪਰ ਦਿਲ ਨੇ ਆਖਾ ਨਾ ਮੰਨਿਆ ਸੋਚਿਆ ਚਲੋ ਚੋਰ ਤਾਂ ਬਣ ਹੀ ਚੁੱਕਾ ਪਰ ਹੁਣੇ ਇਸ ਆਈ ਦੌਲਤ ਨੂੰ ਕਿਉਂ ਗਵਾਵਾਂ ਮੁੰਡਾ ਮੇਰੇ ਮੋਢੇ ਤੇ ਬੈਠਾ ਮੇਲੇ ਦੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਮੇਰੇ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ ਵਿੱਚ ਵਿੱਚ ਆਪਣੀ ਮਾਂ ਦਾ ਵੀ ਜ਼ਿਕਰ ਕਰਦਾ ਸੀ ਪਰ ਮੈਨੂੰ ਉਹਦੀਆਂ ਗੱਲਾਂ ਸੁਣਨ ਦੀ ਵੇਲ ਨਹੀਂ ਸੀ ਮੇਰੀਆਂ ਅੱਖਾਂ ਅੱਗੇ ਕੋਈ ਹੋਰ ਜਹਾਨ ਉੱਤਰ ਰਿਹਾ ਸੀ ਥੋੜੇ ਚਿਰ ਪਿਛੋਂ ਸੀ ਰੇਲ ਦੇ ਸਟੇਸ਼ਨ ਤੇ ਤੇ ਉਸ ਤੋਂ ਕੁਛੇਰ ਬਾਅਦ ਗੱਡੀ 'ਚ ਤੇ ਜਿਹੜੇ 20 ਰੁਪਏ ਮੈਨੂੰ ਮੁੰਡੇ ਦੇ ਮਕਾਉਣ ਲਈ ਮਿਲੇ ਸਨ ਉਹ ਹੁਣ ਉਹਨੂੰ ਲੁਕਾਉਣ ਲਈ ਖਰਚ ਹੋ ਰਹੇ ਸਨ ਧੰਨਵਾਦ ਚਲਦਾ